ਜੀ ਮਨਜੀਤ ਸਿੰਘ ਜੀ, ਕਦੋਂ ਹੋਇਆ ਸੀ ਤੁਹਾਡਾ ਮਿਨੀ ਗੈਸਟ੍ਰਿਕ ਬਾਈਪਾਸ ਆਪਰੇਸ਼ਨ? ਮੇਰਾ 9 ਮਾਰਚ 2013 ਨੂੰ ਹੋਇਆ ਸੀ। ਓਕੇ, 1 ਸਾਲ ਤੋਂ ਜ਼ਿਆਦਾ ਹੀ ਹੋ ਗਿਆ ਨਾ। ਤੇ ਕਿੰਨਾ ਵੇਟ ਸੀਗਾ ਤੁਹਾਡਾ ਆਪਰੇਸ਼ਨ ਤੋਂ ਪਹਿਲਾਂ? ਪਹਿਲਾਂ 140 ਸੀਗਾ ਜੀ। ਓਕੇ, ਤੇ ਅੱਜ ਕਿੰਨਾ ਹੈ? 82 ਹੈ ਜੀ। ਓਕੇ, 58 ਕੇਜੀ ਤੁਹਾਡਾ ਰਿਡਿਊਸ ਹੋ ਗਿਆ ਨਾ। ਹਾਂਜੀ। ਤੇ ਕੀ ਪ੍ਰੋਬਲਮ ਆ ਰਹੀ ਸੀ ਤੁਹਾਨੂੰ ਆਪਰੇਸ਼ਨ ਤੋਂ ਪਹਿਲਾਂ? ਪ੍ਰੋਬਲਮ ਪਹਿਲਾਂ ਸਾਹ ਬੜਾ ਚੜਦਾ ਸੀ, ਮੈਂ ਤੁਰ ਕੇ ਥੋੜਾ ਜਿਹਾ ਤੁਰ ਲੈਂਦਾ ਸੀ ਨਾ, ਪੌੜੀਆਂ ਚੜ ਕੇ ਤਾਂ ਕਾਫੀ ਜ਼ਿਆਦਾ ਹੋ ਜਾਂਦਾ ਸੀ। ਤੇ ਕਰਾੜੇ ਵੱਜਦੇ ਸੀਗੇ, ਕਰਾੜੇ ਵੱਜਦੇ ਸੀ। ਓਕੇ, ਵੈਸੇ ਉੱਠਣ ਬੈਠਣ ਨੂੰ ਬੜੀ ਦਿੱਕਤ ਆਉਂਦੀ ਸੀਗੀ। ਕਰਾੜੇ ਦਾ ਬੈਠੇ ਬੈਠੇ ਨੀਂਦ ਵੀ ਆ ਜਾਂਦੀ ਸੀਗੀ ਕਈ ਵਾਰੀ। ਕਈ ਵਾਰ ਆ ਜਾਂਦੀ ਸੀ, ਬਿਲਕੁਲ ਹੋ ਜਾਂਦਾ ਸੀ। ਓਕੇ, ਉਹ ਰਾਤ ਨੂੰ ਨੀਂਦ ਵਧੀਆ ਨਹੀਂ ਨਾ ਆਉਂਦੀ ਹੋਣੀ ਕਰਾੜੇ ਕਰਕੇ। ਹਾਂਜੀ। ਓਕੇ, ਤੇ ਕੋਈ ਸ਼ੂਗਰ ਬੀਪੀ ਦੀ ਪ੍ਰੋਬਲਮ ਤਾਂ ਨਹੀਂ ਸੀ? ਨਹੀਂ, ਬੀਪੀ ਸੀਗਾ ਜ਼ਰੂਰ, ਸ਼ੂਗਰ ਨਹੀਂ ਸੀਗਾ। ਓਕੇ, ਤੇ ਹੁਣ ਕਿੱਦਾਂ ਹੈ ਫਿਰ ਤੁਹਾਡੀਆਂ ਸਾਰੀਆਂ ਪ੍ਰੋਬਲਮਸ? ਸਾਹ ਸਾਰਾ ਕੁਝ ਠੀਕ ਹੈ ਜੀ। ਹੁਣ ਤਾਂ ਨਹੀਂ ਸਾਹ ਵਗੈਰਾ ਚੜਦਾ? ਨਹੀਂ ਨਹੀਂ, ਬਿਲਕੁਲ ਨਹੀਂ। ਤੇ ਕਰਾੜੇ ਵਗੈਰਾ? ਕਰਾੜੇ ਵੀ ਖਤਮ ਹੋ ਗਏ ਜੀ, ਹੁਣ ਤਾਂ ਸਹੀ ਹੋ ਗਿਆ। ਓਕੇ, ਤੇ ਬਾਕੀ ਡਾਈਟ ਵਗੈਰਾ ਵਧੀਆ ਲੱਗ ਲੈਂਦੇ ਹੋ? ਹਾਂਜੀ। ਕਿੰਨੀਆਂ ਰੋਟੀਆਂ ਖਾ ਲੈਂਦੇ ਹੋ ਟਾਈਮ 'ਚ? ਮੈਂ ਜਦੋਂ ਸਵੇਰੇ 1.5 ਜਾਂ 2। ਓਕੇ, ਤੇ ਇਦਾਂ ਹੀ ਦੁਪਹਿਰੇ ਸ਼ਾਮੀ ਤਿੰਨੇ ਟਾਈਮ ਖਾ ਲੈਂਦਾ। ਓਕੇ, ਕੋਈ ਦਿੱਕਤ ਤਾਂ ਨਹੀਂ ਆਉਂਦੀ ਇਹਦਾ? ਤੇ ਬਾਕੀ ਡਾਈਟ ਤੁਸੀਂ ਨਾ ਆਪਣੀ ਥੋੜ੍ਹੀ ਜਿਹੀ ਹੈਲਦੀ ਰੱਖਣੀ ਆ, ਜਿਵੇਂ ਦੁੱਧ ਵਗੈਰਾ ਹੋ ਗਿਆ, ਦਹੀਂ, ਲੱਸੀ, ਕੱਚਾ ਪਨੀਰ ਇਹ ਜ਼ਿਆਦਾ ਲਿਓ। ਬਾਕੀ ਫਰੂਟਸ ਵਗੈਰਾ, ਵੈਜੀਟੇਬਲਸ ਇਹ ਵੀ ਲੈਂਦੇ ਰਹੋ। ਤੇ ਅੰਡਾ ਮੀਟ ਖਾ ਲੈਂਦੇ ਤੁਸੀਂ? ਹਾਂਜੀ, ਖਾ ਲੈਂਦੇ। ਫਿਰ ਐਗ ਤੇ ਨਾਨ ਵੈਜ ਵੀ ਡੇਲੀ ਵਾਂਗ ਹੀ ਰੱਖੋ, ਕਿਉਂਕਿ ਭਾਰ ਤੁਹਾਡਾ ਕਾਫੀ ਘੱਟ ਗਿਆ ਨਾ, ਇਸ ਲਈ ਆਪਾਂ ਵੀਕਨੈਸ ਨਹੀਂ ਆਉਣ ਦੇਣੀ ਬੋਡੀ ਦੇ ਵਿੱਚ। ਤੇ ਡਾਈਟ ਇਸ ਲਈ ਹੈਲਦੀ ਹੋ ਰੱਖਣੀ ਆ ਆਪਣੀ। ਤੇ ਮਲਟੀਵਿਟਾਮਿਨ ਖਾ ਰਹੇ ਹੋ ਤੁਸੀਂ ਆਪਣੇ? ਠੀਕ ਹੈ, ਉਹ ਵੀ ਰੈਗੂਲਰ ਹੀ ਰੱਖਿਓ। ਤੇ ਸਾਲ ਦੇ ਵਿੱਚ ਇੱਕ ਵਾਰ ਤੁਸੀਂ ਆਪਣੇ ਬਲੱਡ ਦੇ ਟੈਸਟ ਵੀ ਜ਼ਰੂਰ ਕਰਵਾਉਣੇ ਆ, ਤਾਂ ਕਿ ਅਗਰ ਸਰੀਰ ਦੇ ਵਿੱਚ ਕੋਈ ਡੈਫੀਸ਼ੀਐਂਸੀ ਹੋ ਰਹੀ ਹੈ ਆਪਾਂ ਨੂੰ ਰੂਲ ਆਊਟ ਕਰ ਲਈਏ। ਠੀਕ ਹੈ, ਠੀਕ ਹੈ ਜੀ, ਥੈਂਕ ਯੂ।